ਜਿਹੜੇ ਸਾਬਕਾ ਮੁੱਖ ਮੰਤਰੀ ਆ ਕੈਪਟਨ ਅਮਰਿੰਦਰ ਸਿੰਘ ਉਹ ਵੀ ਕਹਿ ਰਿਹਾ ਕਿ ਬਹੁਤ ਵੱਡੀ ਲੈਪਸ ਹੋਈ ਆ ਕਿ ਅੱਜ ਹੀ ਜਿਹੜਾ ਰਾਸ਼ਟਰਪਤੀ ਰਾਜ ਹੈ ਲਗਾ ਦੇਣਾ ਚਾਹੀਦਾ ਹੈ। ਦੇਖੋ ਅੱਜ ਨਹੀਂ ਤਾਂ 4 ਦਿਨ ਨੂੰ ਲੱਗਣਾ ਹੀ ਹੈ ਸਾਨੂੰ ਇਸ ਚੱਲਣ ਦਾ। ਮੇਰੀ ਕੋਈ ਮੁੱਖ ਮੰਤਰੀ ਸ਼ਿਪ ਜਾਂ ਸਾਡੀ ਕੈਬਨਿਟ ਜਾਂ ਕਾਂਗਰਸ ਪਾਰਟੀ ਇਸ ਗੱਲ ਤੇ ਨਹੀਂ ਖੜੀ ਹੈ, ਨਾ ਹੀ ਅਸੀਂ ਕੋਈ ਇਹ ਕਹਿ ਰਹੇ ਕਿ ਤੁਸੀਂ ਨਾ ਲਗਾਓ। ਲੇਕਿਨ ਮੈਂ ਇਹ ਕਹਿ ਰਿਹਾ ਕਿ ਅਨਸੈਸਰੀਲੀ ਰਾਜਨੀਤੀ ਨਹੀਂ ਚਾਹੀਦੀ, ਇਹ ਬਿਲਕੁਲ ਹੀ ਨੋਨ ਪੋਲੀਟੀਕਲ ਮਸਲਾ ਹੈ। ਇੱਕ ਸਾਲ ਤੋਂ ਕਿਸਾਨ ਦਿੱਲੀ ਵਿੱਚ ਵੀ ਬੈਠੇ ਹੈ ਯਾਰ, ਉੱਥੇ ਕਿਆ ਹੋ ਗਿਆ ਸੀ? ਆਖਰ ਇੱਕ ਸਾਲ ਉੱਥੇ ਨਹੀਂ ਪੀਸਫੁਲੀ ਬੈਠੇ ਰਹੇ? ਉਹਨਾਂ ਨੇ ਕਿਹਾ ਹੀ ਨਾ ਕਦੇ ਕਿਸੇ 'ਤੇ ਅਟੈਕ ਕੀਤਾ। ਮੈਂ ਆਪਣੇ ਕਿਸਾਨਾਂ 'ਤੇ ਕਿਵੇਂ ਗੋਲੀ ਚਲਾਦਾ? ਮੈਂ ਉਹਨਾਂ 'ਤੇ ਕਿਵੇਂ ਲਾਠੀਆਂ ਮਾਰਾਂ? ਮੈਂ ਜਦ ਮੈਂ ਪਿਆਰ ਨਾਲ ਠਾਲ ਸਕਦਾ ਉਹਨਾਂ ਨੂੰ, ਰਾਤ ਨੂੰ ਠਾਲਿਆ ਹੀ ਹੈ। ਮੈਨੂੰ ਰਾਤ ਵੀ ਹੋਮ ਮਿਨਿਸਟਰ ਸਾਹਿਬ ਦਾ ਟੈਲੀਫੋਨ ਆਇਆ ਕਿ ਜੀ ਬੰਦੇ ਸੜਕ 'ਤੇ ਆ ਕੇ ਬੈਠ ਗਏ, ਸਾਡੀ ਰੈਲੀ ਹੈ। ਪ੍ਰਾਈਮ ਮਿਨਿਸਟਰ ਸਾਹਿਬ ਨੇ ਤਾਂ ਰੁਬਾਈ ਰੋਡ ਜਾਣਾ ਹੀ ਨਹੀਂ ਸੀ, ਉਹਨਾਂ ਨੂੰ ਰੋਕਣ ਵਾਸਤੇ ਨਹੀਂ ਸੀ ਬੈਠਿਆ ਕੋਈ। ਹੋ ਸਕਦਾ ਉਹ ਐਜੀਟੇਟਰ ਨੂੰ ਰੋਕਣ ਵਾਸਤੇ ਬੈਠੇ ਹੋਣ, ਉੱਥੇ ਤੱਕ ਤਾਂ ਗਿਆ ਹੀ ਕੋਈ ਨਹੀਂ। ਇੱਕ ਮਿੰਟ ਰਾਜਨੀਤ ਜੀ ਪੁੱਛ ਲੈਣ, ਰਾਜਨੀਤ ਜੀ ਪੁੱਛ ਲੈਣ। ਯਾਰ ਕੋਈ ਐਸੀ ਗੱਲ ਨਹੀਂ ਹੈ, ਕਿਸਾਨਾਂ ਦੀਆਂ ਡਿਮਾਂਡਾਂ ਅਜੇ ਕੁਛ ਖੜੀਆਂ ਹੈ, ਇਸ ਕਰਕੇ ਉਹ ਰਾਤ ਮੈਨੂੰ ਅੱਜ ਤੋਂ 15 ਦਿਨ ਪਹਿਲਾਂ ਹੋਮ ਮਿਨਿਸਟਰ ਸਾਹਿਬ ਦਾ ਟੈਲੀਫੋਨ ਆਇਆ, ਚੰਨੀ ਜੀ ਉਹ ਲੋਕ ਕਿਸਾਨ ਰੇਲਵੇ ਰੈਲ ਕੋ ਰੋਕ ਕਰ ਬੈਠੇ, ਆਪ ਉਨਕੋ ਹਟਾਓ, ਜੰਮੂ ਕਸ਼ਮੀਰ ਔਰ ਯਹਾਂ ਕੋਲ ਆਨੇ ਕੀ ਪ੍ਰੋਬਲਮ ਹੈ। ਐਸੀ ਉਹਨਾਂ ਨੂੰ ਉਠਾਇਆ ਹੈ, ਹਮਨੇ ਉਨਕੋ ਉਠਾਇਆ ਹੈ, ਉਨਸੇ ਬਾਤਚੀਤ ਕਰਕੇ ਉਨ ਯਹਾਂ ਮੈਨੇ ਖੁਦ ਬੁਲਾ ਕਰ ਮੀਟਿੰਗ ਕੀ ਔਰ ਉਨਕੋ ਪ੍ਰੇਰਿਤ ਕੀਆ ਕਿ ਭਾਈ ਨਹੀਂ, ਕਿਸਾਨੋਂ ਕਾ ਵੀ ਨੁਕਸਾਨ ਹੋ ਰਹਾ ਹੈ, ਦੇਸ਼ ਕਾ ਨੁਕਸਾਨ ਹੋ ਰਹਾ ਹੈ, ਆਗੇ ਵੀ ਕੋਲਾ ਜਾਣਾ ਹੈ, ਆਪ ਉਠੋ, ਆਪ ਡਿਮਾਂਡ ਬਤਾਓ। ਮੈਨੇ ਉਨਕੀ ਡਿਮਾਂਡੇ ਮਾਨੀ। ਐਸੀ ਨਹੀਂ ਇਹ ਫੈਸਲਾ ਲਿਆ, ਇਹ ਫੈਸਲਾ ਪ੍ਰਾਈਮ ਮਿਨਿਸਟਰ ਆਫਿਸ ਦਾ ਸੀ ਰੋਡ ਤੋਂ ਜਾਣ ਦਾ। ਉਹਨਾਂ ਨੂੰ ਸ਼ਾਇਦ ਹੈਲੀਕਾਪਟਰ ਵਾਲਿਆਂ ਨੇ ਕਿਹਾ ਹੋਵੇ ਕਿ ਬਾਰਿਸ਼ ਜ਼ਿਆਦਾ ਹੈ ਜਾਂ ਮੌਸਮ ਜ਼ਿਆਦਾ ਖਰਾਬ ਹੋ ਗਿਆ, ਇਸ ਕਰਕੇ ਰੋਡ ਚਲੇ ਗਿਆ। ਅਦਰਵਾਈਜ਼ ਇਹਦੇ 'ਚ ਕੋਈ ਸਿਕਿਉਰਿਟੀ ਲੈਪਸ ਵਾਲੀ ਗੱਲ ਨਹੀਂ, ਕੋਈ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਸੀ। ਬਠਿੰਡਾ ਏਅਰਪੋਰਟ ਤੇ ਕਿਹੜੇ ਪੰਜਾਬ ਦੇ ਆਫੀਸਰ ਸਨ ਜਿਨ੍ਹਾਂ ਨੂੰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਕਹਿ ਗਏ ਕਿ ਸੀਐਮ ਸਾਹਿਬ ਨੂੰ ਥੈਂਕਸ ਕਰ ਦੇਣਾ ਕਿ ਮੈਂ ਆਪਣੀ ਜਾਨ ਬਚਾ ਕੇ ਗਿਆ? ਇਹ ਕੀ ਸਾਜ਼ਿਸ਼ ਹੋ ਸਕਦੀ ਕਿ ਪੰਜਾਬ ਨੂੰ? ਦੇਖੋ ਸਾਡੇ ਪ੍ਰਧਾਨ ਮੰਤਰੀ ਦੀ ਜਾਨ ਨੂੰ, ਇੱਕ ਸੁਣ, ਪੀਐਮ ਆਫਿਸ ਨੂੰ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਰਿਕੁਐਸਟ ਕਰੋ ਕਿ ਕਲੈਰੀਫਾਈਡ ਕਰਨ ਕਿ 3 ਕਰੋੜ ਲੋਕਾਂ ਨੂੰ ਤੁਸੀਂ ਇੱਕ ਝਟਕੇ ਦੇ ਨਾਲ ਬਦਨਾਮ ਕਰਕੇ ਕਿ ਮੇਰੀ ਜਾਨ ਨੂੰ ਖਤਰਾ ਹੈਗਾ। ਤੁਹਾਡੇ ਆਫੀਸਰ ਕੌਣ ਸੀ ਉੱਥੇ ਮੌਕੇ ਤੇ ਜਿਨ੍ਹਾਂ ਨੂੰ ਕਹਿ ਕੇ ਗਏ ਨੇ? ਮੈਂ ਜੇ ਉਹਨਾਂ ਨੇ ਗੁੱਸੇ ਵਿੱਚ ਕੁਝ ਕਿਹਾ ਹੈ ਜਾਂ ਰਾਜਨੀਤਿਕ ਸੋਚ ਦੇ ਨਾਲ ਕੁਝ ਕਿਹਾ ਹੈ, ਮੈਂ ਇਸ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਲੇਕਿਨ ਜੇ ਉਹਨਾਂ ਨੇ ਕਿਹਾ ਹੈ ਤਾਂ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਹੈ ਉਹ ਸਾਡੇ, ਉਹਨਾਂ ਦੀ ਜਾਨ ਨੂੰ ਜੇ ਖਤਰਾ ਹੋਏਗਾ ਤਾਂ ਮੈਂ ਆਪਣਾ ਖੂਨ ਉਹਨਾਂ ਤੋਂ ਪਹਿਲਾਂ ਡੋਲਾਂਗਾ। ਇਹ ਪੰਜਾਬੀਆਂ ਦੀ ਫਿਤਰਤ ਹੈ, ਪੰਜਾਬੀ ਪੰਜਾਬੀ ਮਰ ਨਹੀਂ ਮਰ ਜਾਏਗਾ, ਇੱਕ ਗੱਲ ਸੁਣ ਲਓ, ਪੰਜਾਬੀ ਮਰ ਨਹੀਂ ਮਰ ਜਾਏਗਾ। ਲੇਕਿਨ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕਦੇ ਉਹ ਨਹੀਂ ਆਉਂਦੇਗੀ। ਲੇਕਿਨ ਨਾਲ ਨਾਲ ਕਿਸੇ ਤਰ੍ਹਾਂ ਦਾ ਇੱਥੇ ਕੋਈ ਖਤਰਾ ਨਹੀਂ ਸੀ, ਕੋਈ ਨੁਕਸਾਨ ਨਹੀਂ ਹੋਇਆ ਨਾ ਹੀ। ਦੇਖੋ ਗੱਲ ਇਹ ਹੈ ਕਿ ਸਾਡਾ ਤਾਂ ਉੱਥੇ ਕੰਟਰੋਲ ਹੀ ਇੰਨਾ ਨਹੀਂ ਸੀ, ਮੇਨ ਕੰਟਰੋਲ SPG IB ਉੱਥੇ ਕਰ ਰਹੀ ਸੀ। ਮੈਨੂੰ ਵੀ ਰਾਤ ਵੀ ਮੈਂ IB ਦੇ ਨਾਲ ਕੀ ਗੱਲ ਕੀਤੀ ਹੈ, ਹੋਮ ਮਿਨਿਸਟਰੀ ਸੀਧੀ ਇਨਵੋਲਵ ਸੀ, ਹਜ਼ਾਰੋਂ ਆਦਮੀ ਉਨਕਾ ਸਿਕਿਉਰਿਟੀ ਕਾ ਵਹਾਂ ਥਾ, ਔਰ ਕਿਸੀ ਤਰ੍ਹਾਂ ਕੀ ਪੰਜਾਬ ਸਰਕਾਰ ਕੀ
कोई ज्यादा वहां रोल नहीं था, लेकिन फिर भी अगर डिसीजन ये हुआ कि भाई रोड जाना है तो ये ज्वाइंट डिसीजन था। अगर ये डिसीजन हुआ है, अगर रास्ते में आकर कोई बैठा है तो वो अचानक बैठा है आकर, पहले से नहीं था, इसलिए इसको अननेसेसरीली सिक्योरिटी के साथ जोड़ना, दिस इज एन एजिटेशन, इसको सिक्योरिटी के साथ जोड़ना एक राजनीति हो सकती है, ये सिक्योरिटी के साथ जुड़ी हुई बात नहीं है। अगर एक साल किसान दिल्ली में बैठ सकते हैं तो क्या वो प्रधानमंत्री जी को या होम मिनिस्टर को या मुझे या किसी और को खतरा था? वो एक राजनीति नहीं थी, वो उनका एजिटेशन पीसफुल एजिटेशन था, यहां भी पीसफुल एजिटेशन था, रात हमने एजिटेशन उठाया था, अचानक कोई आकर बैठ गया तो उसमें कोई ये नहीं है कि जी किसी को खतरा था। अचानक जो गैदरिंग देखते हुए या गैदरिंग ही हुई और अचानक एक एक कई चीजें देखने के बाद बीजेपी को पिता के अक्सर आरोप लगाए जा रहे ने ताडे लीडर बोले तो ओना चीज कितने कितने हैगी सुदूगा की है जी गल ताडे कान तक पहुंची है कि भी जेड़ा एक अचानक जेड़े राशन देखते हुए जब भीड़ ना होते हुए एक मोदी ने अपना एक चुनावी रैली को कामयाब बना देखते हुए एदा स्टंट जा। देखो रात यहाँ कैबिनेट मीटिंग थी, लगभग 9:30 बजे मैं यहाँ से निकला, मेरे घर से पहले एकदम 25-50 आदमी मेरी गाड़ी के आगे बैठ गए। मैंने ड्राइवर को बोला अभी पीछे लो गाड़ी, गाड़ी पीछे घुमाई, हम दूसरे रास्ते से घर अपने चले गए। अब मैं ये अगर रात को वही FIR कर देता कि जी ये तो मेरी जान पे पड़े थे, वो जान पे थोड़े पड़े थे यार, उनकी कोई प्रॉब्लम है, वो अनएम्प्लॉयड यूथ था या ETD टीचर थे जो जिनकी नौकरी नहीं लग रही थी या उनकी नौकरी में कोई प्रॉब्लम थी। ऐसे ही एक किसान कोई अतवादी नहीं थे, कोई गलत आदमी नहीं थे, ये हो सकता है कोई उनका अपनी प्रॉब्लम हो, इसमें इसको सिक्योरिटी के साथ जोड़ना गलत है। मैं कह रहा हूँ कि क्यों पॉलिटिक्स कर रहे हो ये? मैं अगर यहाँ से जाता जाता वापस मुड़ सकता हूँ अपने घर को, ये सामने हुआ। अब चंडीगढ़ में UT पुलिस है, हमारी भी यहाँ मेरे साथ भी 10-20 बंदे होते हैं, मैं कहूँ जी मुझे चंडीगढ़ वालों ने अटैक करवा दिया रात, ये कोई बात बनती है? सीएम साहब सुनील जाखड़ ने कह रहे हैं कि जो कुछ हुआ अनएक्सेप्टेबल है, तो पीएम दे काफले नो सेफ पैसेज इंश्योर किया जाना चाहिए सी। देखो मैंने तो खुद कहा जी मुझे खेद है, ये नहीं होना चाहिए था, मैंने कहा है। अब चंडीगढ़ जांच कौन कौन कर रहा है? जांच कौन कर रहा है? और होता है होने से बंदे लगावा सर,